ਉਹਦੀ ਸ਼ਾਨ ਗਾਣੀ ਚਾਹੀਦੀ ਹੈ ਕਿ ਮਾਲਕ ਵੇਖ ਕੇ ਖੁਸ਼ ਹੋ ਕੇ ਇਨਾਮ ਦੇਣ। ਆਪਣੇ ਹਥਿਆਰ ਵਾਰ ਜਿਹੜੇ ਆ ਇਹਨਾਂ ਨੂੰ ਸਾਫ਼ ਸੁਥਰਾ ਕਰਕੇ ਰੱਖਿਆ ਕਰ, ਖੁਸ਼ੀ ਮੈਂ ਸਾਫ਼ ਹੋ ਗਿਆ, ਕੰਮ ਸਾਫ਼ ਹੋ ਗਿਆ। ਅਸਲਾਮੁ ਅਲੈਕਮ ਜੀ। ਵਾਲੇਕਮ ਸਲਾਮ ਜੀ। ਪਤਾ ਕਰੀ ਕੀ ਕੰਮ ਆ, ਕੋਈ ਪੈਸੇ ਲੈਣ ਵਾਲਾ ਤਾਂ ਨਹੀਂ ਆ ਗਿਆ ਬੰਦਾ? ਪੁੱਛੀ ਯਾਰ ਕੀ ਕੰਮ ਆ। ਇੱਥੇ ਲਾਓ ਜੀ, ਇੱਥੇ ਲਾਓ ਜੀ, ਇਹ ਆ ਦੇਖੋ ਇੱਥੇ। ਹਾਂ ਲਾਓ ਲਾਓ, ਜ਼ਰਾ ਲਾਓ। ਉਹਦੀ ਸ਼ਾਨ ਗਾਣੀ ਚਾਹੀਦੀ ਹੈ ਕਿ ਮਾਲਕ ਵੇਖ ਕੇ ਖੁਸ਼ ਹੋ ਕੇ ਇਨਾਮ ਦੇਣ। ਕੰਮ ਇੰਜ ਦਾ ਹੋਣਾ ਚਾਹੀਦਾ ਵਾ, ਮਗਰੋਂ ਨੀ ਲਾਉਣਾ। ਤੁਹਾਨੂੰ ਪਤਾ ਪੂਰੇ ਸ਼ਹਿਰ ਦੇ ਵਿੱਚ ਆਪਣੇ ਕੋਲ ਕੰਮ ਹੁੰਦਾ, ਟਾਈਮ ਤਾਂ ਇੱਕ ਮਿੰਟ ਦਾ ਨੀ ਹੈਗਾ ਆਪਣੇ ਕੋਲ। ਆਪਣੇ ਹਥਿਆਰ ਵਾਰ ਜਿਹੜੇ ਆ ਇਹਨਾਂ ਨੂੰ ਸਾਫ਼ ਸੁਥਰਾ ਕਰਕੇ ਰੱਖਿਆ ਕਰੋ, ਤਾਰਾਂ ਨੰਗੀਆਂ ਰੱਖੀਆਂ ਨੇ ਯਾਰ, ਕੋਈ ਸਾਂਭ ਕਰਿਆ ਕਰੋ ਯਾਰ। ਤੁਹਾਨੂੰ ਪਤਾ ਕਿੰਨੇ 65 ਰੁਪਏ ਦੀ ਹੁਣ ਹੋ ਗਈ ਆ ਜਿਹੜੀ ਹੈ, ਪਰ ਜਿਹਦੇ ਪੈਸੇ ਲੱਗੇ ਹੁਣ ਸਾਫ਼ ਸੁਣ ਨਹੀਂ ਹੁੰਦਾ। ਇੱਥੇ ਮਾਰ ਦੇਣਾ, ਛੁੱਟੇ ਇੱਥੇ ਮਾਰ, ਇਹ ਆ ਦੇ, ਇਹ ਆ ਦੇ। ਸਾਫ਼ ਹੋ ਗਿਆ ਕੰਮ, ਸਾਫ਼ ਹੋ ਗਿਆ, ਬਹੁਤ ਅੱਛੇ ਹੋ ਰਿਹਾ, ਠੀਕ ਠਾਕ। ਬਸ ਸਾਰਾ ਕੰਮ ਹੀ ਆਪਾਂ ਇੰਜ ਕਰਨਾ ਵਾ ਕਿ ਗਾਹਕ ਖੁਸ਼ ਹੋ ਗਏ। ਜੇ ਸਾਡਾ 15,000 ਮੁੱਕਿਆ ਤਾਂ ਸਾਨੂੰ 25,000 ਰੁਪਇਆ ਕਵੇ, ਆ ਲੋ ਜੀ ਖੁਸ਼ ਹੋ ਗਏ, ਤੁਹਾਡਾ ਕੰਮ ਬਹੁਤ ਅੱਛਾ ਹੈ। ਹਾਂ ਬਹੁਤ ਅੱਛੇ, ਬਹੁਤ ਅੱਛੇ ਜੀ। ਆ ਬਾਕੀ ਵੀ ਹੁਣ ਛੇਤੀ ਛੇਤੀ ਪਲਸਤਰ ਕਰਨ, ਤੇ ਅਸੀਂ ਕਿਤੇ ਇਹਨੂੰ ਵੀ ਪੇਂਟ ਪੂੰਟ ਕਰਕੇ ਕਿਤੇ ਅਗਲਾ ਕੰਮ ਸ਼ੁਰੂ ਕਰਨ ਵਾਲੇ। ਬਸ ਯਾਰ ਆ ਨਾ ਸਮਾਨ ਜਿਹੜਾ ਨਾ, ਸਮਾਨ ਜਿਹੜਾ ਸਾਂਭ ਕਰੋ ਇਹਨਾਂ ਨੂੰ, ਜਰਾ ਨਾ ਇਹ ਸੈਰ ਸੂਟ ਤੇ ਰੱਖਿਆ ਕਰੋ। ਅਸਲਾਮੁ ਅਲੈਕਮ ਜੀ। ਵਾਲੇਕਮ ਸਲਾਮ ਜੀ। ਮਲਕ ਜ਼ੈਨ ਨਵਾਜ਼ ਵਰਤੂ ਦੀ ਹਵੇਲੀ ਇਹੀ ਹੈ ਜੀ? ਹਾਂਜੀ ਇਹੀ ਹੈ ਭਾਜੀ। ਇੱਥੇ ਚਾਂਦ ਰੰਗ ਸਾਹਿਬ ਠੇਕੇਦਾਰ ਆ, ਉਹਨਾਂ ਨੂੰ ਮਿਲਣਾ ਜੀ। ਪਤਾ ਕਰੀ ਕੀ ਕੰਮ ਆ, ਕੋਈ ਪੈਸੇ ਲੈਣ ਵਾਲਾ ਤਾਂ ਨਹੀਂ ਆ ਗਿਆ ਬੰਦਾ? ਪੁੱਛੀ ਯਾਰ ਕੀ ਕੰਮ ਆ। ਸਾਹਮਣੇ ਵਾਲੇ ਨੇ ਮਿਲਣਾ ਜੀ, ਉਹ ਮੌਜੂਦ ਨੇ, ਮਿਲਣਗੇ ਕਿ ਨਹੀਂ ਮਿਲਣਗੇ ਜੀ? ਕੀ ਕੰਮ ਸੀ ਭਾਜੀ ਦੱਸੋ, ਮਿਲਣਗੇ ਮਿਲਾਓਗੇ ਤਾਂ ਫਿਰ ਤੁਹਾਨੂੰ ਦੱਸਾਂਗੇ। ਹਾਂਜੀ ਹਾਂਜੀ, ਮੈਂ ਮਤਲਬ ਚਾਹ ਜਨਾਬ ਹੁਕਮ ਕਰੋ, ਕੰਮ ਕਰਾਉਣਾ ਕੋਈ? ਕਾਹਦਾ ਕੰਮ ਕਰਾਉਣਾ ਜੀ? ਤੇ ਤੁਸੀਂ ਸਾਨੂੰ ਕੋਈ ਬੈਨ ਬੁਕਸ ਲੋ ਕੇ ਗੱਲ ਕਰਾਂਗੇ ਤੇ ਫਿਰ? ਅੰਦਰ ਆ ਜਾਓ, ਅੰਦਰ ਆ ਜਾਓ, ਮੋਟਰਸਾਈਕਲ ਆ ਜਾਂਦਾ। ਲੈ 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 ਲੈ। ਹਾਂਜੀ ਹਾਂਜੀ, ਤੁਹਾਡੇ ਕੋਠੀ ਦਾ ਕੰਮ ਸਵੇਰੇ ਸ਼ੁਰੂ ਕਰਾਂਗੇ ਜਨਾਬ, ਅੱਜ ਥੋੜੀ ਮਸਰੂਫੀਆਂ ਤੇ ਅੱਜ ਇਧਰੋਂ ਕੰਮ ਕਲੀਅਰ ਹੋਣਾ ਤੁਹਾਡੀ ਕੋਠੀ ਦਾ, ਕੱਲ ਨੂੰ ਕਰਾਂਗੇ। ਲੈ ਖਿਆਲ ਰੱਖੇ, ਠੀਕ ਹੈ। ਆ ਮੇਰੇ ਕੋਲ ਮਹਿਮਾਨ ਆਏ, ਬਾਅਦ ਚ ਗੱਲ ਕਰਦੇ। ਓ ਨੋ ਜੀ ਸਰ, ਗੱਲ ਤੁਹਾਡਾ ਨਾਮ ਚਾਂਦ ਸਰ ਕੋ ਤੁਹਾਡਾ ਨਾਮ ਜੀ? ਨਹੀਂ ਨਹੀਂ, ਮੇਰਾ ਨਾਮ ਮਲਕ ਚਾਂਦ। ਤੁਹਾਡਾ ਨਾਮ ਹੈ? ਅਸੀਂ ਨਾ ਤੁਹਾਡੇ ਕੋ ਮਕਾਨ ਕੋਈ ਆਪਣਾ ਵਾ ਕੋਈ ਰੰਗ ਕਰਾਉਣਾ ਵਾ। ਮਕਾਨ ਜੀ? ਜੀ ਮੇਰਾ ਭਰਾ ਦੁਬਈਓ ਆ ਰਿਹਾ ਵਾ, ਤੇ ਉਹਦਾ ਕੋਈ ਵਾਹਵਾ ਪੁੱਛਿਆ ਦਾ ਕਿ ਦੋ ਕਨਾਲ ਦਾ ਜਿਹੜਾ ਕੋਠੀ ਆ ਮਾਸ਼ਾਅੱਲਾ, ਤੇ ਦੋ ਕਿੰਨੇ ਕਿੰਨੇ ਦੋ ਕਨਾਲ ਦੀ ਕੋਠੀ ਆ, ਉਹ ਰੰਗ ਕਰਾਉਣੀ ਅਸੀਂ ਤੁਹਾਨੂੰ। ਮਕਾਨ ਵੀ ਨੀ ਤਿਆਰ। ਜੈਨ ਵੱਟੂ ਨੇ ਫੋਨ ਕੀਤਾ ਸੀ, ਉਹਨੇ ਕਿਹਾ ਸੀ ਕੰਮ ਬੜਾ ਸੁਥਰਾ ਕਰਦਾ ਵਾ ਚਾਂਦ ਸਾਡਾ, ਇਹਨੇ ਘਰ ਦਾ ਮਿਆਰ ਹੈ ਯਾਰ ਸ਼ਹਿਰ ਦੇ ਵਿੱਚ। ਚੋਰੀ ਤੂੰ ਆਇਆ ਵਾ, ਤੇਰੇ ਰਿਸ਼ਤੇਦਾਰ ਤਾਰੀਫ ਕਰਨਗੇ, ਕੰਧਾਂ ਦੇ ਸਾਹਮਣੇ ਖਲੋ ਖਲੋ ਸਿਰ ਵਾਉਣਗੇ, ਇੰਜ ਦਾ ਕੰਮ ਹੋਏਗਾ? ਨਹੀਂ ਕੰਮ ਤੇ ਚੰਗਾ ਹੀ ਤੁਸੀਂ ਕਰਨਾ ਵਾ। ਰਸਗੁੱਲੇ ਪਤਾ ਕਰ ਲੋ, ਅੱਛਾ ਅੱਛਾ ਸਰ। ਕਿੱਥੇ ਕੋਠੀ ਆਪਣੀ? ਕੋਠੀ ਮੇਰੀ ਚਿੱਠੀ ਰੋਡ ਤੇ ਆ, ਕੰਮ ਮੈਂ ਠੇਕੇ ਤੇ ਕਰਾਉਣਾ। ਇੱਕੋ ਵਾਰੀ ਮੇਰੇ ਨਾਲ ਪੈਸੇ ਇੱਕੋ ਪੁੱਕਾ ਮੁੱਕ ਲੋ। ਅਸੀਂ ਮੇਰੇ ਕੋਲ ਜਿਹੜੀ ਨਾ ਰੋਜ਼ਾਨਾ ਜਿਹੜੀ ਧਿਆਨ ਕੇਂਦਰੀ ਨਹੀਂ ਹੁੰਦੀ, ਅਸੀਂ ਅੱਧੇ ਪੈਸੇ ਲੈਣੇ ਆ ਪਹਿਲਾਂ, ਅੱਧੇ ਪੈਸੇ ਲੈਣੇ ਕੰਮ ਹੋਣ ਤੋਂ ਬਾਅਦ, ਜੇ ਅਗਲੇ ਦੇ ਪਸੰਦ ਆਵੇ, ਨਾ ਪਸੰਦ ਆਵੇ ਤੇ ਅਸੀਂ ਬਾਕੀ ਪੈਸੇ ਨਹੀਂ ਲੈਣੇ। ਹੁਣ ਹੁਕਮ ਕਰੋ, ਤੁਹਾਡਾ ਕਿੰਨਾ ਕੰਮ ਹੈ, ਕੀ ਕੀ ਕਰਨਾ ਵਾ, ਕਿੱਥੇ ਕਰਨਾ ਵਾ? ਦੋ ਕਨਾਲ ਦੀ ਕੋਠੀ ਆ ਮਾਸ਼ਾਅੱਲਾ, ਮੇਰਾ ਭਰਾ ਨੇ ਸਾਰੀ ਉਮਰ ਕਮਾਈ ਕੀਤੀ ਬਾਹਰ। ਦੋ ਕਨਾਲ ਦੀ ਕੋਠੀ ਆ ਤੇ ਕੰਮ 6 ਮਹੀਨਿਆਂ ਦਾ ਵਾ, ਲੰਮੀਆਂ ਚੌੜੀਆਂ ਦਿਹਾੜੀਆਂ ਵਾ, ਤੇ ਮੈਂ ਕਿੰਨਾ ਰੋਟੀ ਕੁਲਾ ਮਾਰ ਲਈ। ਪਹਿਲੇ ਪੁੱਛੋ ਵੀ ਸਹੀ ਕੰਮ ਹੈ ਕਿੰਨਾ ਕਰਦੇ ਹੋ? 2.5 ਕਨਾਲ ਦੀ ਕੋਠੀ, 6 ਮਹੀਨੇ ਲੱਗ ਜਾਣੇ ਆ, ਰੋਟੀਆਂ ਹੀ ਰੋਟੀਆਂ ਨੇ। ਜੇ ਇਹਨੂੰ ਇੱਕ ਟਾਈਮ ਦੀ ਖਵਾ ਵੀ ਦਿਆਂਗੇ ਤੇ ਸਾਨੂੰ ਕਿਹੜਾ ਘਾਟਾ ਪੈਣਾ, ਇਹਦੇ ਹੱਡਾਂ ਚੋਂ ਕੱਢਣੀ ਆਪਾਂ। ਕਰੋ ਗੱਲ ਸਰ, ਜੇ ਸਾਡਾ ਆਪਾਂ ਰੋਟੀ 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 ਦਾ ਕੀ ਪ੍ਰੋਗਰਾਮ ਆ? ਰੋਟੀ ਪਾਣੀ ਦੇ ਕਿੰਨੇ ਕੁ ਮੁਲਾਜ਼ਮ ਹੋਣਗੇ ਆਪਣੇ ਉੱਥੇ? ਆਪਣੇ ਕੋਲ ਮਾਸ਼ਾਅੱਲਾ 50-60 ਅਮਲਾ ਹੈਗਾ ਵਾ। ਉਹ ਕਿਤੇ ਵੀ ਰੋਟੀ ਪਾਣੀ ਜਿਹਨੂੰ ਸਾਡਾ ਭਰਾ ਦਬਈਓ ਬਾਹਰੋਂ ਆਇਆ ਵਾ, ਫਿਰ ਰੋਟੀ ਪਾਣੀ ਲਈ ਕਿਹੜੀ ਗੱਲ ਹੈ? ਜਿੱਦਾਂ ਤੁਸੀਂ ਕਹੋਗੇ ਰੋਟੀ ਪਾਣੀ ਨੂੰ, ਪੈਸਿਆਂ ਨੂੰ ਜਿਹੜੀ ਤੁਸੀਂ ਪਰੇਸ਼ਾਨੀ ਨਹੀਂ ਲੈਣੀ, ਲੇਕਿਨ ਕੰਮ ਹੋਣਾ ਚਾਹੀਦਾ ਵਾ। ਇੱਕ ਗੱਲ ਮੈਨੂੰ ਦੱਸੋ,
ਜਿਹੜਾ ਰੰਗ ਕਰਨਾ ਵਾ ਜੀ, ਇਹ ਅਸੀਂ ਲਿਆਉਣਾ ਜਾਂ ਤੁਸੀਂ ਲਿਆਉਣਾ ਜੇ? ਰੰਗ ਰੁੰਗ ਅਸੀਂ ਲੈ ਕੇ ਆਵਾਂਗੇ ਤੁਹਾਨੂੰ, ਸਿਰਫ ਮਜ਼ਦੂਰੀ ਤੁਸੀਂ ਰੋਟੀ ਤੇ ਉਹ ਬੁਰਸ਼ ਮਸ਼ੀਨਾਂ, ਉਹ ਤਾਂ ਜਿੱਦਾਂ ਤੁਸੀਂ ਕਹੋਗੇ ਕਿੱਦਾਂ ਮਸ਼ੀਨ ਤੁਹਾਡੇ ਕੰਮ ਲੱਗੇ। ਠੇਕੇਦਾਰੀ ਦੇ ਵਿੱਚ ਇਹ ਮੁੱਕ ਜਾਂਦੀਆਂ ਮਸ਼ੀਨਾਂ, ਜੇ ਅਸੀਂ ਲਿਆਉਣੀਆਂ ਬੁਰਸ਼ ਅਸੀਂ ਲਿਆਉਣੇ ਬੰਦੇ, ਲੱਖਾਂ ਰੁਪਈਆਂ ਦੇ ਕੰਮਾਂ ਚ ਚੀਜ਼ਾਂ ਨੀ ਵੇਖੀ ਦੀਆਂ ਤੁਸੀਂ, ਜੇ ਕੁਛ ਕੋਈ ਮਸਲਾ ਨੀ ਪਰੇਸ਼ਾਨ ਨਾ ਹੋ ਤੁਸੀਂ। ਠੀਕ ਹੋ ਗਿਆ, ਠੀਕ ਹੋ। ਅੱਛਾ ਤੇ ਚਲੋ ਕੀ ਆਪਣਾ ਹੁਣ ਗੱਲ ਆਪਣਾ ਚਾਹ ਨਾ, ਮੈਂ ਕਿਹਾ ਮੁੰਡੇ ਨੂੰ ਚਾਹ ਆ ਜਾਂਦੀ, ਚਲੋ ਸਾਹਿਬ ਤੁਸੀਂ ਚਾਹ ਲਓ ਨਾ, ਪਰੇਸ਼ਾਨ ਹੋਵੋ, ਚਾਹ ਤੇ ਆਪਣਾ ਸਾਡੇ ਬੰਦੇ ਚਾਹ ਤੋਂ ਬਗੈਰ ਚੱਲਦੇ ਨੀ। ਤੇ ਕੀ ਆਪਣਾ ਕਦੋਂ ਕੰਮ ਸ਼ੁਰੂ ਕਰਨਾ ਜੀ? ਕੰਮ ਸ਼ੁਰੂ ਭਾਵੇਂ ਅੱਜ ਕਰ ਦਿਓ। ਨਹੀਂ ਅੱਜ ਨਹੀਂ, ਇੰਨੇ ਵਿਹਲੇ ਨਹੀਂ ਹੈਗੇ ਸਾਡੇ, ਮਗਰ ਤਾਂ ਦੁਨੀਆ ਬੇਬਾ, ਹੁਣ ਵੀ 3-4 ਕਸਟਮਰ ਹੋ ਕੇ ਗਏ ਨੇ, ਉਹਨਾਂ ਨੂੰ ਟਾਈਮ ਦਿੱਤਾ ਵਾ, ਤੁਹਾਡੇ ਨਾਲ ਥੋੜਾ ਟਾਈਮ ਬਣਾਉਣਾ ਪੈਣਾ ਵਾ। ਲੇਕਿਨ ਇਹ ਕਿ ਤੁਸੀਂ ਇੱਜ਼ਤ ਨਾਲ ਆਏ ਹੋ, ਇਹ ਕੰਮ ਤੋਂ ਬਾਅਦ ਤੁਹਾਡਾ ਕੰਮ ਸ਼ੁਰੂ ਕਰ ਦਿਆਂਗੇ, ਉਹਨਾਂ ਨੂੰ ਲੇਟ ਕਰ ਦਿੰਦੇ ਆ। ਪੈਸੇ ਦੱਸੋ ਕਿੰਨੇ ਦੇਈਏ, ਐਡਵਾਂਸ ਕਿੰਨੇ ਲੈਣੇ ਜੇ ਤੇ ਕਿੰਨੇ? 2.5 ਕਨਾਲ ਦੀ ਜਿਹੜੀ ਆ ਕੋਠੀ ਹੈ, ਦੱਸੋ ਪੈਸੇ ਤੁਹਾਨੂੰ ਪਹਿਲੇ ਕਿੰਨੇ ਦੇਈਏ? ਤੇ ਬੇਲੀ ਸਮਾਨ ਤੁਹਾਡਾ ਹੋਏਗਾ, 3 ਲੱਖ ਰੁਪਈਆ ਮਜ਼ਦੂਰੀ ਲਵਾਂਗੇ, 1.5 ਲੱਖ ਰੁਪਈਆ ਪਹਿਲਾਂ ਤੇ 1.5 ਲੱਖ ਕੰਮ ਤੋਂ ਬਾਅਦ। ਤੁਹਾਨੂੰ ਪਸੰਦ ਆਵੇ ਤੇ ਦੇ ਦੇਣਾ, ਨਾ ਪਸੰਦ ਆਵੇ ਤੇ ਨਾ ਦੇਣਾ, ਕਿਉਂਕਿ ਸਾਰੇ ਮਜ਼ਦੂਰ, ਅਸੀਂ ਮਜ਼ਦੂਰ ਆਦਮੀ ਆ, ਉਹ ਹੀ ਕਮਾਉਣਾ, ਉਹ ਹੀ ਖਾਣਾ। ਚੋਰੀ ਸਾਹਿਬ ਜ਼ਰਾ ਇੱਕ ਤੁਹਾਡੇ ਜ਼ਰਾ 5-6 ਮਹੀਨਿਆਂ ਦਾ ਕੰਮ ਹੈ, ਜ਼ਰਾ ਚੋਰੀ ਤਸੱਲੀ ਨਾਲ। ਸਾਡੇ ਭਰਾ ਨੇ ਸਾਰੀ ਉਮਰ ਕਮਾਈ ਬਾਹਰ ਕੀਤੀ ਹੈ ਜੀ, 14 ਸਾਲ ਉਹਨੇ ਦੁਬਈ ਲਾਏ ਆ, ਤੁਹਾਨੂੰ ਫਿਰ ਰਿਸ਼ਤੇਦਾਰਾਂ ਦੇ ਵਿੱਚ ਇੱਕ ਵਾਰੀ ਸ਼ਰੀਫ ਪਤਾ ਲੱਗੇ ਤੇ ਮੇਰਾ ਨਾਲ ਆਦਮੀ ਦੱਸਣਾ, ਮਲਕ ਚਾਹ ਠੇਕੇਦਾਰ ਨੇ ਕੀਤਾ ਜੇ। ਨਹੀਂ ਨਹੀਂ ਕਿਉਂ ਨੀ, ਤੁਹਾਡਾ ਨਾਂ ਸੁਣ ਕੇ ਇੱਥੇ ਆਏ ਸੀ। ਗਿਆਨ ਵੱਟੂ ਨੇ ਕਿਹਾ ਕਿ ਮੇਰੇ ਘਰ ਦਾ ਕੰਮ ਵੀ ਕੀਤਾ, ਇੱਕ ਦੋ ਮਕਾਨਾਂ ਤੋਂ ਹੋਰ ਕੀਤਾ, ਨਾਂ ਸੁਣ ਕੇ ਤੁਹਾਡਾ ਬੜੀ ਮਿਹਰ। ਚਾਹ ਦਾ ਪਤਾ ਕਰਨਾ ਸੀ ਅੱਛਾ, ਕੰਮ ਇਹ ਸੀਗਾ, ਬਾਕੀ ਤਾਂ ਸਾਰਾ ਰੰਗ ਹੋਇਆ ਵਾ। ਬਾਕੀ ਹੋਰ ਵੀ ਕਿਸ ਤੋਂ ਇਲਾਵਾ ਮਕਾਨ ਨੇ? ਨਹੀਂ, 2.5 ਕਨਾਲ ਦੀ ਜਿਹੜੀ ਕੋਠੀ ਹੈ ਨਾ, ਉਹ ਸਾਰੀ ਰੰਗ ਹੋਈ ਆ। ਉਹਦਾ ਇੱਕ TR, ਅੱਧਾ TR ਰਹਿੰਦਾ ਵਾ, ਉਹ ਰੰਗ ਕਰਨਾ ਆਪਾਂ। ਸਾਡੇ ਕੋਲ ਅੱਧਾ TR ਪਾਸੇ ਆਏ ਜੇ, ਅੱਧਾ TR ਅਸੀਂ ਅੱਧਾ TR ਕਰਨਾ। ਧਿਆਨ ਬਣਾ ਕੱਢ ਪਹਿਲਾਂ, ਚਾਹ ਬਣਾਈ ਤਾਂ ਨਹੀਂ ਹੈ ਜੀ? ਦਿਮਾਗ ਖਰਾਬ ਹੋ ਗਿਆ, 4 ਬੰਦੇ ਮੈਂ ਕੰਮ ਤੇ ਲਾਏ ਨੇ, ਮੈਂ ਉਹਨਾਂ ਕੋਲ ਕੰਮ ਕਰਾਉਂਦਿਆਂ ਤੂੰ ਸਾਰਾ ਕੁਛ ਛੱਡ ਛਡਾ ਕੇ 2.5 ਕਨਾਲ ਦੀ ਕੋਠੀ ਸੁਣਾ ਕੇ ਸਾਨੂੰ ਤੂੰ 1.5 ਘੰਟਾ ਯਾਰ ਤੂੰ ਕਬਰ ਤੇ ਪਾਉਣਾ ਵਾ? 10,000 ਕੈਸਾ ਬੰਦਾ, ਕੈਸਾ ਸਾਡੇ ਨਾਲ ਕੰਮ ਕਰਨ ਆ ਗਿਆ ਵਾ, ਤੂੰ ਤਾਂ ਸਾਡਾ ਬੇੜਾ ਗਰਕ ਕਰ ਦਿੱਤਾ ਆ ਗਿਆ। ਕੈਸਾ ਯਾਰ ਸ਼ਖਸ ਪਾਇਆ, ਸਾਰਿਆਂ ਮੁਲਾਜ਼ਮਾਂ ਨੂੰ ਸੂਟ ਦਿਆਂਗੇ, ਉਹਨਾਂ ਨੂੰ ਦਿਆਂਗੇ, ਤੂੰ ਸੂਟ ਰਹਿਣ ਦੇ, ਮੇਰਾ ਦਿਲ ਕਰਨ ਦਿਆ, ਮੈਂ ਤੈਨੂੰ ਚਿੱਟਾ ਸੂਟ ਲਾ ਦੇ, ਜਿੱਦਾਂ ਦਾ ਤੂੰ ਸਾਡੇ ਨਾਲ ਆ ਕੇ ਕੰਮ ਕਰ ਦਿੱਤਾ ਵਾ, ਸਾਡੇ ਸਾਰੇ ਕੰਮ ਰੋਕ ਦਿੱਤੇ। ਉਹ ਮੁੰਡੇ ਆਪਣਾ ਕੰਮ ਕਰੋ, ਤੁਸੀਂ ਚਾਹ ਨੂੰ ਮਨਾ ਕਰ ਰਹੇ, ਤੂੰ ਮੈਂ ਤੇਰੇ ਪੱਲੇ ਪਾ ਦੇਣੀ ਜੇ ਚਾਹ ਆਈ ਤੇ। ਠੇਕੇਦਾਰ ਦਾ ਪੁੱਛ ਕੇ ਆ ਗਿਆ ਬੰਦਾ, ਉਹ ਤੈਨੂੰ ਸ਼ਹਿਰ ਚ ਸਮਝਾਉਣ ਵਾਲਾ ਬੰਦਾ ਕੋਈ ਨੀ ਸੀ। ਦੇਖੋ ਮੇਰੇ ਭਰਾਵਾਂ ਛੱਡ ਦੇ, ਤੂੰ ਉਸਨੂੰ ਇਹਨੇ TR ਗਾਡਰ ਕਰਨਾ ਤੇ ਕਿੱਡੀ ਦੂਰੋਂ, ਉਹ ਇੰਨੇ ਨੇ ਤੂੰ ਮੋਟਰਸਾਈਕਲ ਦੇ ਤੇਲ ਨੀ ਸਾੜ ਕੇ ਆ ਗਿਆ, ਜਿੰਨੇ ਘੱਟ ਕਰਕੇ ਤੇ ਉਹ ਹੋ ਜਾਣਾ ਵਾ। ਉਹ ਘਰ ਕਿਸੇ ਨਿਆਣੇ ਨੂੰ ਕਹਿੰਦਾ ਉਹ ਕਰ ਦਿੰਦਾ, ਉਹਨਾਂ ਕੋਲ ਰੰਗ ਮੈਚ ਨੀ ਖਿਲਾਉਣਾ। ਉਹ ਯਾਰ ਖੁਦਾ ਦੇ ਬੰਦੇ, ਸਾਨੂੰ ਕੰਮ ਕਰਨ ਦੇ, ਸਾਨੂੰ ਮਾਫੀ ਦੇ ਦੇ। ਇਸ ਤੋਂ ਪਹਿਲਾਂ ਮੈਂ ਨਾ ਬਲੱਡ ਪ੍ਰੈਸ਼ਰ ਦਾ ਮਰੀਜ਼, ਮੇਰਾ ਬਲੱਡ ਪ੍ਰੈਸ਼ਰ ਤੇਜ਼ ਹੋ ਗਿਆ, ਨਾ ਤੇਰੀ ਮੋਟਰਸਾਈਕਲ ਦਾ ਪਤਾ ਲੱਗੇ, ਨਾ ਚਾਦਰ ਦਾ ਪਤਾ ਲੱਗੇ, ਨਾ ਤੇਰਾ ਪਤਾ ਲੱਗੇ, ਤੇ ਮੁੜ ਕੇ ਅੱਧਾ TR ਜਿਹੜਾ ਮੈਂ ਬਾਹਰ ਮਾਰਿਆ, ਬਾਹਰ ਹੀ ਰਹਿਣ ਦੇ ਜਿਹੜਾ ਅੱਧਾ TR ਗਾਡਰ ਪੂਰਾ ਕਰਾਉਣ ਲਈ ਬਾਹਰੋਂ ਆ ਰਿਹਾ ਯਾਰ। ਦੱਸੋ ਕੋਈ ਤਮਾਸ਼ਾ ਵਾ ਯਾਰ, ਅਸੀਂ ਠੇਕੇਦਾਰ ਆ, ਕੋਠੀ ਅੱਛੀ ਅਸੀਂ ਤੁਹਾਨੂੰ ਦੇਣੀ, ਅਸੀਂ ਨਹੀਂ ਖਾਂਦੇ, ਅਸੀਂ ਸਵੇਰ ਘਰੋਂ ਖਾ ਖਾਂਦੇ, ਸ਼ਾਮ ਨੂੰ ਘਰ ਖਾਂਦੇ, ਰੋਟੀ ਨੂੰ ਗੋਲੀ ਮਾਰੋ ਤੁਸੀਂ, ਸਾਨੂੰ ਇੱਕ ਇੱਕ ਸੂਟ ਵੀ ਦਿਆਂਗੇ ਯਾਰ। ਸੂਆ ਕੀ ਹੈ ਵਾ ਜਿਹੜਾ ਤੁਹਾਡਾ ਕੋਈ 2,000-4,000 ਬਣਦਾ, ਦੱਸੋ ਕਿੰਨੇ ਤੁਹਾਨੂੰ ਦਈਏ? ਆਹ ਜਿਹੜਾ ਮੇਰਾ ਬੰਦਾ ਨਾ, ਬੰਦਾ ਇਹਦਾ 5,000 ਰੁਪਇਆ ਇਹਦਾ ਖਰਚਾ ਵਾ, ਤੂੰ ਕੈਸਾ ਬੇਸ਼ਤ ਇਨਸਾਨ ਹੈ, ਅੱਧਾ TR ਸਾਡੇ ਕੋਲ ਰੰਗ ਕਰਾਉਣ ਆ ਗਿਆ ਯਾਰ, ਸਾਡਾ ਕੁੱਠਿਆਂ ਦਾ ਕਾਰੋਬਾਰ। ਉਹ ਮੇਰਾ ਭਰਾ ਜਿੱਥੋਂ ਚਲੇ ਗਿਆ, ਸਾਨੂੰ ਮਾਫੀ ਦੇ, ਇਸ ਤੋਂ ਪਹਿਲਾਂ ਮੈਂ ਇਹਨਾਂ ਨੂੰ ਕਹਾਂਗਾ ਇਹਨੂੰ ਚੁੱਕ ਕੇ ਮੋਟਰਸਾਈਕਲ ਸਮੇਤ ਬਾਹਰ ਸੁੱਟ ਦਿਓ, ਏਡਾ ਵੱਡਾ ਕੰਮ ਸਾਨੂੰ ਨਹੀਂ ਚਾਹੀਦਾ। ਆ ਦੇਖੋ ਤੁਹਾਡਾ ਜਿਹੜੇ 2-2.5 ਕਿਲੋ ਕੋਠੀ ਤੁਸੀਂ ਕੰਮ ਕਰਾਉਂਦੇ, ਕੰਮ ਕਰਾਇਆ ਬੰਦਾ ਫੌਤ ਹੋ ਗਿਆ ਵਾ, ਉਹਦੇ ਕੋਲ ਕਰਾ ਲੈਂਦੇ ਅੱਧਾ 2,500 TR ਗਾਡਰ, ਅੱਲਾ ਦਾ ਹੁਕਮ ਤੇ ਤੁਸੀਂ ਆ ਵੀ ਕਿਤੇ ਉੱਤੇ ਚੜ ਜਾਣਾ ਸੀਗਾ। 10,000 ਅੱਧਾ TR ਗਾਡਰ ਰੰਗ ਕਰਾਉਣਾ ਆ ਗਿਆ ਸਾਡੇ ਕੋਲੋਂ ਯਾਰ, ਸਵੇਰੇ ਸਵੇਰੇ ਬੱਤੀ ਬਾਲ ਦਿੱਤੀ ਦਿਮਾਗ ਦੀ, ਤੁਹਾਨੂੰ ਆ ਮੁੰਡਿਆਂ ਨਾਲ ਕੀ ਬੀਤੂਗੀ ਸਾਰੀ ਦਿਹਾੜੀ ਇੱਥੇ ਯਾਰ, ਅਸੀਂ ਸਾਰੇ ਮੁੰਡਿਆਂ ਨੂੰ 1,000-1,000 ਰੁਪਏ ਨਾਮ ਦੇ ਦਊਂਗੀ, ਮੇਰਾ ਦਿਲ ਕਰਦਾ ਮੈਂ ਤੈਨੂੰ 20 ਦੇ ਕੇ ਇੱਥੋਂ ਕੱਢ ਦੇਵਾਂ, ਤੂੰ ਜੋ ਕਰ ਦਿੱਤਾ ਆ ਕੇ ਸਵੇਰੇ ਸਵੇਰੇ, ਮੈਂ ਕਿਹਾ ਕਿੱਡੀ ਵੱਡੀ ਪਾਰਟੀ ਆ, ਇਹਨੇ ਤੇਰਾ ਨਾਮ ਦੱਸਿਆ ਵੀ ਮੈਂ, ਇਹਨੇ ਨਾਮ ਮੇਰਾ ਮਿੱਟੀ ਚ ਲੈਣ ਆ ਗਿਆ, ਅੱਧਾ TR ਤੂੰ ਮੇਰੇ ਕੋਲ ਰੰਗ ਕਰਾਉਣ ਆ ਗਿਆ ਯਾਰ।
ਤੈਨੂੰ ਸ਼ਰਮ ਨਹੀਂ ਆਈ ਯਾਰ ਦਾ ਟੀ ਆਰ ਰੰਗ ਕਰਾਉਣਾ ਵਾ? ਇਹ ਤਾਂ ਨਿਆਣਾ ਪਿਸ਼ਾਬ ਕਰ ਦੇਵੇ ਤੇ ਮੈਂ ਕਹਿਤੀ ਨਹੀਂ, ਅਸੀਂ ਮਨਾ ਕਰ ਦਿੱਤੀ ਆ। ਸਾਡਾ ਦਿਲ ਕਰਨ ਦੇ ਅਸੀਂ ਤੈਨੂੰ ਤੂੰ ਤੂੰ ਆ ਦੇਖ ਮੇਰਾ ਭਰਾ, ਤੂੰ ਜਾ ਆ ਮੋਟਰਸਾਈਕਲ ਆਪਣੀ ਤੇ ਬੈ ਬੈ ਮੇਰਾ ਭਰਾ। ਮੇਰੀ ਗੱਲ ਤੇ ਚਾਹ ਨੂੰ ਤੇਰਾ ਕੰਮ ਹੀ ਨਹੀਂ ਚਾਹੀਦਾ ਯਾਰ। ਕੰਮ ਤੇ ਅੱਧਾ ਟੀ ਆਰ ਆਪਣੇ ਅੱਧ ਬਈ ਨੂੰ ਜਾਵਾ ਜੀ। ਮੈਂ ਚਲੇ ਗਿਆ, ਮੈਂ ਅੱਧਾ ਟੀ ਆਰ ਫੜ ਕੇ ਤੇਰੇ ਸਿਰ ਤੇ ਮਾਰ ਕੇ ਤੇਰਾ ਸਿਰ ਪਾੜ ਦੇਣਾ ਵਾ। ਮੈਂ ਸਾਰੇ ਨੂੰ ਸੂਟ ਲੈ ਦੂੰਗਾ, ਉਹ ਅਸੀਂ ਲੈਣੇ ਵੀ ਤੇਰੇ ਭਰਾ ਦੀ ਸਿਰਕੇ ਦੀ ਸਭ ਨਹੀਂ ਲੈਣੀ। ਆ ਕੇ ਮਜ਼ਦੂਰਾਂ ਨੂੰ ਦਿਹਾੜੇ ਨਹੀਂ ਦੇਣੀ, ਮੈਂ ਤੈਨੂੰ ਚਿੱਟਾ ਸੂਟ ਲੈ ਦੂੰਗਾ। ਤੂੰ ਮੋਟਰਸਾਈਕਲ ਨੂੰ ਪਿੱਕ ਮਾਰ, ਇੱਥੋਂ ਨਿਕਲ ਸਾਨੂੰ ਕੰਮ ਕਰਨ ਦੇ। ਦਸਾ ਯਾਰ ਵੱਡਾ ਕਸਟਮਰ ਆ ਗਿਆ, ਅੱਧਾ ਟੀ ਆਰ ਅੱਧਾ ਟੀ ਆਰ ਅੱਧਾ ਟੀ ਆਰ ਜਿਵੇਂ ਨੇ ਉਧਰਾਂ ਇਹ ਸਭ ਨਹੀਂ ਸਮਝ ਲਈ ਅੱਧਾ ਟੀ ਆਰ ਅੱਧਾ ਟੀ ਆਰ ਰੰਗ ਕਰਾਉਣ ਸਾਡੇ ਕੋਲੋਂ ਦਸ ਹਜ਼ਾਰ ਤਮਾਸ਼ਾ ਬਣਾਇਆ ਮੈਂ ਠੇਕੇਦਾਰਾਂ ਨੂੰ ਕੀ ਸਮਝਿਆ? ਰਾਹ ਦੇ ਯਾਰ ਯਾਰ ਦੇ ਨੂੰ ਸਾਡਾ ਕੰਮ ਰੁਕਿਆ, ਲੱਖਾਂ ਰੁਪਈਆਂ ਦਾ ਕੰਮ ਠੇਕਾ ਲਿਆ ਵਾ ਅਸੀਂ, ਤੂੰ ਅੱਧਾ ਟੀ ਆਰ ਰੰਗ ਕਰਾਉਣ ਆ ਗਿਆ ਯਾਰ? ਤੂੰ ਨਾ ਸੁਣਿਆ ਸੀ ਤੇਰਾ ਮੈਂ, ਤੂੰ ਨਾ ਸੁਣਿਆ ਇਸ ਤੋਂ ਬਾਅਦ ਮੇਰਾ ਨਾਂ ਜੇ ਕੋਈ ਮੇਰਾ ਨਾਲ ਤੂੰ ਕਹਿੰਦਾ ਜੁੰਗਲੀਆਂ ਲੈ ਲੈ ਤੂੰ ਨਿਕਲ ਮੇਰਾ ਭਰਾ ਇੱਥੋਂ ਚੱਲ ਜਾ, ਮੈਂ ਧੱਕੇ ਦੇਣਾ ਜਾ ਤੂੰ। ਸ਼ਹਿਰ ਮੈਂ ਆਪਣਾ ਘਰ ਹੋ ਤੋ ਫਿਰ ਸ਼ਹਿਰ ਵੀ ਆਪਣਾ ਲੱਗਤਾ ਹੈ। ਕਿਨਾਲ ਐਵੇਨਿਊ ਹਾਊਸਿੰਗ ਸੋਸਾਇਟੀ ਗਵਰਨਮੈਂਟ ਸੇ ਮਨਜ਼ੂਰ ਸ਼ੁਦਾ ਅਦਰੂਨੇਸ ਸ਼ਾਹਕੋਟ ਸਿਟੀ ਨਹਿਰ ਕੇ ਉੱਪਰ ਸਹੂਲੀਅਤ ਚਾਰ ਦੀਵਾਰੀ ਗੇਟਡ ਕਮਿਊਨਿਟੀ ਸਿਸਟਮ ਕੁਦਰਤੀ ਮਿੱਠਾ ਪਾਣੀ ਬਿਜਲੀ ਸੇਵਰੇਜ ਗੈਸ ਮਸਜਿਦ ਔਰ ਜ਼ਿੰਦਗੀ ਕੀ ਤਮਾਮ ਤਰ ਸਹੂਲੀਅਤ ਸੇ ਆਰਾਸਤਾ ਨਕਦ ਔਰ ਆਸਾਨ ਇੱਕ ਸਾਥ ਮੇ ਮਹਦੂਦ ਪਲਾਟ ਬਾਕੀ ਤੋ ਆਜ ਹੀ ਵਿਜ਼ਿਟ ਕਰੇਂ ਕਿਨਾਲ ਐਵੇਨਿਊ ਹਾਊਸਿੰਗ ਸੋਸਾਇਟੀ ਰਾਬਤਾ ਨੰਬਰ 0345-4843-787 ਐਡਰੈਸ ਮੇਨ ਜੀ ਟੀ ਰੋਡ ਨਜ਼ ਪੁਲਿਸ ਸਟੇਸ਼ਨ ਸਦਰ ਸ਼ਾਹਕੋਟ ਕਿਨਾਲ ਰੋਡ ਪਰ ਵਾਕਿਆ